ਸਰਕਾਰ ਛੇਵੇਂ ਇਮਾਮ ਸਰਕਾਰ ਦਾ ਫਰਮਾਨ ਹੈ ਕਿ ਇਹ ਨਾ ਵੇਖੋ ਕੀ ਕਹਿ ਰਿਹਾ, ਇਹ ਵੇਖੋ ਕਹਿਣਾ ਕੀ, ਇਹਦਾ ਮਤਲਬ ਕੀ, ਇਹ ਨਾ ਵੇਖੋ ਕੌਣ ਕਹਿ ਰਿਹਾ, ਵੇਖੋ ਕੀ ਕਹਿ ਰਿਹਾ। ਤਾਂ ਸਰਕਾਰ ਗੱਲ ਹੈ ਕਿ ਅਲ ਮੁਰੀਦੋ ਲਾ ਯੁਰੀਦ, ਮੁਰੀਦ ਵੋ ਹੋਤਾ ਹੈ, ਮੁਰੀਦ ਵੋ ਹੋਤਾ ਹੈ ਜਿਸਕਾ ਆਪਣਾ ਕੋਈ ਇਰਾਦਾ ਨਾ ਹੋ। ਅਗਰ ਇਰਾਦਾ ਹੋ, ਅਗਰ ਇਰਾਦਾ ਹੋ ਤਾਂ ਇਰਾਦਾ ਹੈ ਸ਼ੇਖ, ਇਰਾਦਾ ਹੈ ਰਹਿਬਰ, ਇਰਾਦਾ ਹੈ ਮੁਰਸ਼ਦ। ਤਾਂ ਸਰਕਾਰ ਦੱਸਣ ਲੱਗਾ ਕਿ ਬਾਅਦ ਤੋਂ ਵਜੂਦ ਯਕਤਾਈ, ਇਹ ਤਾਂ ਬਾਅਦ ਦੀਆਂ ਗੱਲਾਂ, ਕਿਸੇ ਦਾ ਹੋਣਾ ਸਭ ਤੋਂ ਔਖਾ, ਕਿਸੇ ਦਾ ਹੋਣਾ ਸਭ ਤੋਂ ਔਖਾ, ਕਿਸੇ ਦਾ ਹੋਣਾ ਤਾਂ ਪਤਾ ਲੱਗਣਾ ਕਿ ਦੁਨੀਆ ਕਿਹਦੀ ਹੈ। ਤਾਂ ਸਰਕਾਰ ਮੌਲਾ ਕਾਇਨਾਤ ਸ਼ਹਿਨਸ਼ਾਹ ਬਾਦਸ਼ਾਹ ਅਤੇ ਇੱਕ ਮਸਤਾਨੇ ਦੀਵਾਨੇ ਮੰਨਣ ਵਾਲੇ ਹੋਏ, ਕੌਣ ਜਨਾਬੇ ਮੀਂਹ ਸਮੇਤ ਤਮਾਰ, ਸਰਕਾਰ ਕਵਾਲੀ ਤੇ ਅੱਜ ਬੜੀ ਹੋ ਗਈ, ਮੈਂ ਇਤਿਹਾਸ ਦੀ ਲਾਉਣੀ, ਜਨਾਬੇ ਮੀਂਹ ਸਮੇਤ ਤਮਾਰ, ਕਹਿਣਾ ਮੁਰਸ਼ਦ ਦਾ ਅਤੇ ਮੰਨਣਾ ਮੁਰੀਦ ਦਾ। ਸਰਕਾਰ ਗੁਜ਼ਰੇ ਇੱਕ ਦਿਨ ਕਿਹਾ ਕਿ ਮੀਸਮ ਇੱਕ ਉਹ ਵਕਤ ਆਉਣਾ ਕਿ ਇਸ ਖਜੂਰ 'ਤੇ ਤੈਨੂੰ ਸਾਡੇ ਇਸ਼ਕ 'ਚ ਸੋਲੀ ਹੋਣੀ। ਸਦਕੇ ਜਾਵਾਂ ਐਸੇ ਮੰਨਣ ਵਾਲਿਆਂ ਤੋਂ, ਖੁਸ਼ਕ ਖਜੂਰ ਨੂੰ ਪਾਣੀ ਦੇਣਾ ਸ਼ੁਰੂ ਕੀਤਾ ਜਨਾਬ ਮੀਸਮ ਤਮਾਰ, ਅਤੇ ਦਿਲ 'ਚ ਗੱਲ ਇਹ ਕਿ ਮੇਰੇ ਮੁਰਸ਼ਦ ਆਖਿਆ ਕਿ ਤੈਨੂੰ ਸਾਡੇ ਇਸ਼ਕ 'ਚ ਸੋਲੀ ਹੋਣੀ। ਸਰਕਾਰ ਵਕਤ ਆਇਆ ਕਿ ਵਕਤ ਦੇ ਜ਼ਾਲਮ ਹੱਥ ਬਾਦਸ਼ਾਹ ਨੇ ਕਿਹਾ ਕਿ ਜਾਓ ਮੀਸਮ ਨੂੰ ਬੁਲਾ ਕੇ ਲਿਆਓ। ਸੁਣਿਆ ਮੀਸਮ ਬੜੀ ਮੁਹੰਮਦ ਵਾਲੇ ਮੁਹੰਮਦ ਦੀ ਤਾਰੀਫ ਕਰਦੇ, ਇਹਨੂੰ ਬੁਲਾ ਕੇ ਲਿਆਓ। ਬਾਦਸ਼ਾਹ ਦੀ ਬਾਰਗਾਹ 'ਚ ਪੇਸ਼ ਕੀਤਾ ਮੀਸਮ ਨੂੰ, ਤੇ ਬਾਦਸ਼ਾਹ ਨੇ ਕਿਹਾ ਮੀਸਮ ਤੂੰ ਜ਼ਿਕਰੇ ਅਲੀ ਬਹੁਤ ਕਰਦਾ ਹੈ, ਇਹਨੂੰ ਸੋਹਣੀ ਚਾੜੋ। ਤੇ ਜਨਾਬ ਮੀਸਮ ਤਮਾਰ ਫਰਮਾਨੇ ਮੁਸਕਰਾ ਕੇ ਉਹ ਚੱਲਿਆ, ਤੂੰ ਅੱਜ ਕਹਿੰਦਾ ਮੇਰੀ ਸਰਕਾਰ ਨੇ ਬੜੀ ਦੇਰ ਦਾ ਫਰਮਾਇਆ। ਤਾਂ ਸਰਕਾਰ ਮੰਨਣਾ ਕਿੰਝ ਦਾ ਮੁਰੀਦ ਦਾ, ਤੇ ਸੋਹਣੀ ਤੇ ਚੜ ਕੇ ਜਨਾਬ ਮੀਸਮ ਤਮਾਰ ਕੀ ਕਹਿੰਦੇ, ਅਲੀ।
ਤਨ ਵੀ ਅਲੀ ਦਾ ਅਤੇ ਮੇਰਾ ਮਨ ਵੀ ਅਲੀ ਦਾ। ਸਰਕਾਰ ਮੰਮਾਏ ਬੁਲਾਏ ਅਤੇ ਮੌਲਾਏ ਕਾਇਨਾਤ ਉਹ ਵਲੀ ਵਲੀ ਨਹੀਂ ਜਿੰਨੇ ਅਲੀ ਅਲੀ ਨਹੀਂ ਜਿੰਨੇ ਬੇਸ਼ੱਕ। ਸਰਕਾਰ ਜਿਹਨਾਂ ਨੇ ਅਲੀ ਅਲੀ ਕੀਤੀ, ਮੌਲਾਏ ਕਾਇਨਾਤ ਨੇ ਕੈਸੇ ਰੰਗ ਲਾਏ ਉਹਨਾਂ ਨੂੰ। ਹੱਥੀ ਕੀਤਾ ਆਪ ਬਸਰ ਰਾਜਾ, ਹੱਥੀ ਕੀਤਾ ਆਪ ਬਸਰ ਰਾਜਾ, ਤੇਰਾ ਉਦੜਾ ਦਾ ਕਲਿਪਾ ਦਿੱਤਾ ਮਹਾਰਾਜੀ ਨੇ ਸਾਸ ਕਲਮ ਕਰਕੇ, ਫਿਰ ਨਜ਼ਰ ਹੁਸੈਨ ਸ਼ਾਹ ਬਣਾ ਦਿੱਤਾ। ਕਦੀ ਅਲੀ ਬਾਦ ਮੇਰਾ ਮਨ ਅਲੀ ਕਾਇ, ਕਦੀ ਅਲੀ ਬਾਦ ਮੇਰਾ ਮਨ ਅਲੀ ਕਾਇ, ਕਦੀ ਅਲੀ ਬਾਦ ਮੇਰਾ ਮਨ ਅਲੀ ਕਾਇ, ਕਦੀ ਅਲੀ ਬਾਦ ਮੇਰਾ ਜ਼ਿਕਰੇ ਅਲੀ ਇਬਾਦਤ ਯਜ਼ਦਾਂ ਸੇ ਕਮ ਨਹੀਂ, ਕਿਉਂਕਿ ਹਦੀਸ ਸਕਲੈਨ ਹੈ ਕਿ ਅਲੀ ਕਾ ਜ਼ਿਕਰ ਕਰਨਾ ਸਕਲੈਨੋ ਕੀ ਇਬਾਦਤ ਹੈ। ਬੇਸ਼ੱਕ ਜ਼ਿਕਰ ਅਲੀ ਇਬਾਦਤ ਯਜ਼ਦਾਂ ਸੇ ਕਮ ਨਹੀਂ, ਜੋ ਹੈ ਸ਼ਰੀਕ ਬਜ਼ਮ ਵੋ ਰਿਜ਼ਵਾਂ ਸੇ ਕਮ ਨਹੀਂ, ਜੋ ਹੈ ਸ਼ਰੀਕ ਬਜ਼ਮ ਵੋ ਰਿਜ਼ਵਾਂ ਸੇ ਕਮ ਨਹੀਂ। ਸਰਕਾਰ ਅਲੀ ਦਾ ਜ਼ਿਕਰ, ਜ਼ਿਕਰ ਅਲੀ ਨੇ ਇਬਾਦਤ ਸਕਲੈਨ, ਨਾਰਾਏ ਹੈਦਰ ਨਵਾਏ ਬੂ ਜ਼ਰਸ, ਗਰਜਿਆ ਦਾ ਹਲਕੂਮ ਬਿਲਾਲੋ ਕਮ ਬਰਸ। ਸਰਕਾਰ ਜਿਹਦਾ ਖਾਈਏ ਉਹਦਾ ਗਾਈਏ, ਅੱਜ ਆਵਾਜ਼ ਮਦੀਨਾ ਮਦੀਨਾ ਤੋਂ ਮੰਚੇ ਅਸ਼ਰਫ, ਪਤਾ ਲੱਗੇ ਕਿ ਅੱਜ ਸੈਯਦਾਂ ਦੇ ਦਰਵਾਜ਼ੇ ਤੇ ਅਲੀ ਅਲੀ ਹੋ ਰਹੀ ਹੈ। ਜਿੱਥੇ ਦੱਸਦਾ ਏ ਉੱਥੇ ਵੱਸਦਾ ਨਹੀਂ, ਜਿੱਥੇ ਦੱਸਦਾ ਏ ਉੱਥੇ ਵੱਸਦਾ ਨਹੀਂ, ਉੱਥੇ ਵੱਸਦਾ ਨਹੀਂ ਤੇ ਸਰਕਾਰ ਜਿੱਥੇ ਵੱਸਦਾ ਏ ਉੱਥੇ ਸੱਜਦਾ ਹੀ ਨਹੀਂ। ਤੇ ਸਰਕਾਰ ਪਤਾ ਕਿਹਦੇ ਕੋਲੋਂ ਲੱਗਦਾ, ਕਿਹਦੇ ਕੋਲੋਂ ਲੱਗਦਾ? ਜਿੱਥੇ ਦੱਸਦਾ ਏ ਉੱਥੇ ਵੱਸਦਾ ਨਹੀਂ, ਜਿੱਥੇ ਦੱਸਦਾ ਏ ਉੱਥੇ ਵੱਸਦਾ ਨਹੀਂ। ਚਾਰ ਸੋਈ ਵਾਲੀ ਬਾਤ ਹੋ ਗਈ, ਚਾਰ ਸੋਈ ਅਸੀਂ ਮਿਲਣ ਗਏ ਉਹਨੂੰ ਵਿੱਚ ਕਾਬੇ, ਸਾਡੀ ਉੱਥੇ ਵੀ ਨਾ ਮੁਲਾਕਾਤ ਹੋਈ, ਮਸਜਿਦ ਮੰਦਰ ਤੇ ਗੁਰਦੁਆਰੇ ਖਾਲੀ, ਮੁਲਾਕਾਤ ਮੰਨਣ ਕੋ ਕੀ ਨਿਗਾਹ ਹੋਵੇ, ਮੰਨਣ ਕੋ ਕੀ
की निगाहों में अजब मस्ती नजर आई, मलकों की निगाहों में अजब मस्ती नजर आई, बुलंदी आसमानों की जिन्हें मस्ती नजर आई, आसमानों की जिन्हें मस्ती नजर आई। कभी बहलोल ने बेची, कभी हुर ने खरीदी है, कभी बहलोल ने बेची तो सरदार जनाब बहलोल ने की शान। मौला एक दिन मसरूफ अपनी कचहरी ला के ते कोई साहिल आया सरकार ने उन्होंने रुका लिख के भेजा कि ना छेड़ो मुझे ऐ मेरे दिलदार मलंगो, मौला का नाम फरमाने ना छेड़ो मुझे ऐ मेरे दिलदार मलंगो, जो कुछ भी तुम्हें चाहिए माहौल से ले लो, इस वक्त मैं नबियों के मसाइल में हूँ मसरूफ, जन्नत की तलब है तो वो पहलवान से मिले लो, कभी गली रात में ना कभी गली बात, कभी गली बात में ना कभी गली बात, इस वक्त मैं नबियों के मसाइल में हूँ मसरूफ, जन्नत की तलब है لفظ مشکل کشا مشکل کشا کی سب کہتے ہیں 91 علی رات سے 92 علی رات سرکار جب وہ مرید کرتا ہے ایک کہندا ہے اے ہاتھ میرے نے کیونکہ اللہ دی پاک ذات نے قرآن پاک فرمایا کہ اے رسول یہ جو کنکریاں تم نے ماری ہیں تم نے نہیں ماری یہ تمہارے ہاتھ نہیں یہ میرے ہاتھ ہیں تو سرکار گل ہے کہ ہاتھاں وچ ہاتھ کتاں دے تے کتھے جاندے کتھے جاندے میرے پیر دے ہاتھاں وچ ہاتھ میرے سید نظر شاہ دے ہاتھاں وچ ہاتھ میرے سید چراغ علی شاہ دے ہاتھاں وچ ہاتھ میرے سید اقبال شاہ دے ہاتھاں وچ ہاتھ میرے سید ناصر شاہ دے ہاتھاں وچ ہاتھ میرے ਉਹਦੇ ਹੱਥ ਆਪਣੇ ਪੇਸ਼ਵਾ ਦੇ ਹੱਥ ਕੁਲ ਪੀਰਾ ਫਕੀਰਾਂ ਦੇ ਮੁਸ਼ਕਲਾਂ ਦੇ ਹੱਥ ਆਏ ਅਲੀ ਮੁਰਤਜ਼ਾ ਦੇ ਹੱਥ ਇੱਕ ਜਾਨ ਖੂਨ ਤੇ ਜਿਸਮ ਕੋ ਹੱਥ ਮੁਸਤਫਾ ਦੇ ਨੇ ਖੁਦਾ ਦੇ ਹੱਥ ਕੇ ਦੀਵਾਨੇ ਪੜ ਕੁਰਾਨ ਆਵੇ ਹੱਥ ਮੁਸਤਫਾ ਦੇ ਨੇ ਖੁਦਾ ਦੇ ਹੱਥ ਕੇ ਦੀਵਾਨੇ ਤਾਂ ਕਲ ਹੱਥ ਆਵੇ ਜਦ ਹੱਥ ਆਵਣ ਨਸਰ ਸ਼ਾਹ ਦੇ ਹੱਥ ਕਲਵੀ ਅਲੀ ਬਾਤ ਮਨ ਦੇ ਅਸੀਂ مرد کلندر تیرا عنوان علی ہے اے مرد کلندر تیرا عنوان علی ہے سرکار فرمایا اج اس نو علم دینا جڑا مرد ہوئے گا رسول پاک دی نظر چ مرد کون ہوئے جناب مولا کائنات جویں انج ملان لگا سرکار خیبر دا میدان لگا تے سرکار نے کہا آؤ اج تانوں میں دسنا کی دسنا اج اس نو علم عطا ہونا آپ بندہ نے اللہ دا ولی ہو سی آہ بتا لے اللہ دا ولی ہو سی دل خیبر دا جنہ مضبوط ہے سی ایک پل اندر ڈلی ڈلی ہو سی مینوں قسم وطور
دے کلندر تیرا عنوان علی ہے ایمان کی کہہ دوں میرا ایمان علی ہے تو سرکار جڑے کلندر ہوئے کلندر دا کی رتبہ ہے کہ تسبیح کے ہلانے سے پیغمبر نہیں بنتا ارے بندر کو نچانے سے کلندر نہیں بنتا کہتے ہیں رند کلندر اے مجلی اس کو جو خودی اور خدائی نہ خدا رہنے دے جو خودی اور خدائی نہ خدا رہنے دے بھائی جان دوستا ذرا سائڈ سے مہربانی تو سرکار لفظ کلندر سرکار نے فرمایا ہے دریم کلندر مستم بندائے مرتضی علی ہستم سرگروہ تمام رندانم کے سگے کوئے شیر یزدانم تے سرکار کلندر نو مقام کی دیتا ہے موجو کی روانی ہے سمندر کے ہاتھ میں موجو کی روانی ہے سمندر کے ہاتھ میں سورج کے پاس ہے شب تاریک کائنات پاس ہے شب تاریک کائنات سورج کے پاس ہے شب تاریک کا علاج موجوں کی روانی ہے سمندر کے ہاتھ میں ہے اب کوئی یزید وہ طاہر کا نام لے سکلین کے اے ایمان والے ہو اے ایمان والے ہو اے ایمان والے ہو بے ایمان نہ نہیں آگیا سرکار کہ کی کر چلنے ہیں کہ میں تمہارے درمیان دو چیزیں چھوڑ کے جا رہا ہوں ایک میرا قرآن اور ایک میری آل ایک میرا قرآن اور ایک میری آل تو سرکار فرمایا کہ حسین اور حسن جوانہ نے جنت کے سربراہ ہیں اور مخدومہ کونین جنتی عورتوں کی سردار ہیں تو سرکار شاعر کی لکھتا ہے جنت کے سردار نے بھی سرکار نے جے جنت کے سردار نے بھی خلوص دل سے آ جاؤ یہاں بزم حسینی میں علی کا لاڈلا کھوٹے کر پہچان لیتا ہے علی کا لاڈلا کھوٹے کر پہچان لیتا ہے تو سرکار علی کا لاڈلا کھوٹے کر پہچان لیتا ہے کیسے پہچان لیتا ہے سرکار ہر زمانہ میرے حسین کا ہے 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 کیسا نانا میرے حسین کا ہے I'm gonna make it.